ਇਹ ਆਰਕ ਬਾਇਓਫਿਊਲ ਦਾ ਹੰਢਾਏ ਲੱਗਿਆ ਹੋਇਆ ਪਲਾਂਟ ਹੈ ਜਿੱਥੇ ਦੇਸੀ ਖਾਦ ਬਣਾਈ ਜਾਂਦੀ ਹੈ। ਇਸ ਨੂੰ ਲਿਕੁਇਡ ਕੰਪੋਸਟ ਕਹਿੰਦੇ ਹਨ। ਇਹ ਰੂੜੀ ਦਾ ਸੁਧਾਰਿਆ ਹੋਇਆ ਰੂਪ ਹੈ। ਇਸ ਨੂੰ ਤਾਜ਼ੇ ਗਊਆਂ ਦੇ ਗੋਹੇ ਅਤੇ ਤਾਜ਼ੀ ਮੁਰਗੀਆਂ ਦੀ ਬਿੱਠ ਤੋਂ ਤਿਆਰ ਕੀਤਾ ਜਾਂਦਾ ਹੈ। ਦੋਹਾਂ ਚੀਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਮਧਾਣੀਆਂ ਦੇ ਨਾਲ ਮਿਕਸ ਕੀਤਾ ਜਾਂਦਾ ਹੈ। ਮਿਕਸ ਕਰਨ ਤੋਂ ਬਾਅਦ ਉਸ ਨੂੰ ਇੱਕ ਵੱਡੇ ਐਨਾਰੋਬਿਕ ਡਾਈਜੈਸਟਰ ਟੈਂਕ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਸ ਮਾਲ ਨੂੰ 40 ਡਿਗਰੀ ਦੀ ਹੀਟ ਦੇ ਕੇ ਗਲਾਇਆ ਜਾਂਦਾ ਹੈ। ਇਸ ਟੈਂਕ ਦੇ ਅੰਦਰ ਵੱਡੇ ਵੱਡੇ ਮਧਾਣੀਆਂ ਲੱਗੀਆਂ ਹੋਈਆਂ ਹਨ ਜੋ ਸਾਰੇ ਮਾਲ ਨੂੰ ਮਿਕਸ ਕਰਦੀਆਂ ਹਨ। ਮਿਕਸ ਕਰਨ ਦੇ ਨਾਲ ਨਾਲ ਉਹਨੂੰ ਹੀਟ ਦਿੱਤੀ ਜਾਂਦੀ ਹੈ। ਹੀਟ 'ਤੇ ਇਸ ਦੇ ਉੱਤੇ ਬੈਕਟੀਰੀਆ ਛੱਡਿਆ ਜਾਂਦਾ ਹੈ ਜੋ ਸਾਰੇ ਮਾਲ ਨੂੰ ਗਲਾ ਕੇ ਉਹਦੀ ਖਾਦ ਬਣਾਉਂਦਾ ਹੈ। ਇਹ ਪ੍ਰੋਸੈਸ ਲਗਾਤਾਰ 120 ਦਿਨ ਲਈ ਚੱਲਦਾ ਹੈ। 4 ਮਹੀਨਿਆਂ ਬਾਅਦ ਖਾਦ ਨੂੰ ਕੱਢ ਕੇ ਉਸਨੂੰ ਸਪੈਸ਼ਲ ਮਸ਼ੀਨ ਵਿੱਚੋਂ ਕੱਢ ਕੇ ਸੁੱਕੀ ਅਤੇ ਲਿਕੁਇਡ ਖਾਦ ਨੂੰ ਅੱਡ-ਅੱਡ ਕੀਤਾ ਜਾਂਦਾ ਹੈ। ਦੋਹਾਂ ਖਾਦਾਂ ਦਾ ਅਸਰ ਬਰਾਬਰ ਹੈ। ਕੋਈ ਵੀ ਇੱਕ ਖਾਦ ਖੇਤ ਵਿੱਚ ਵਰਤ ਕੇ ਵਧੀਆ ਨਤੀਜੇ ਲਏ ਜਾ ਸਕਦੇ ਹਨ। ਲਿਕੁਇਡ ਖਾਦ ਨੂੰ ਖੇਤ ਵਿੱਚ ਪਾਉਣਾ ਬਹੁਤ ਹੀ ਸੌਖਾ ਹੈ। ਤੁਸੀਂ ਕੰਪਨੀ ਨੂੰ ਫੋਨ 'ਤੇ ਆਰਡਰ ਦੇ ਕੇ ਲਿਕੁਇਡ ਖਾਦ ਦਾ ਟੈਂਕਰ ਮੰਗਾ ਸਕਦੇ ਹੋ। ਖੇਤ ਵਿੱਚ ਚੱਲਦੇ ਪਾਣੀ ਵਿੱਚ ਟੈਂਕਰ ਨੂੰ ਖੋਲ੍ਹਿਆ ਜਾਊਗਾ ਅਤੇ ਪਾਣੀ ਦੇ ਨਾਲ ਮਿਕਸ ਹੋ ਕੇ ਸਾਰੇ ਖੇਤ ਵਿੱਚ ਖਾਦ ਪਊਗੀ। ਫੈਕਟਰੀ ਤੋਂ ਘੱਟੋ ਘੱਟ 8 ਜਾਂ 10 ਕਿੱਲੇ ਦਾ ਟੈਂਕਰ ਭੇਜਿਆ ਜਾਂਦਾ ਹੈ। ਬਰਨਾਲੇ ਤੋਂ 50 ਕਿਲੋਮੀਟਰ ਦੇ ਏਰੀਏ ਤੱਕ 1 ਕਿੱਲੇ ਦਾ ਖਰਚਾ ਆਊਗਾ 3000 ਰੁਪਏ ਪਹੁੰਚ ਪੁਆਈ ਸਮੇਤ। 50 ਕਿਲੋਮੀਟਰ ਤੋਂ ਅੱਗੇ 100 ਕਿਲੋਮੀਟਰ ਦੇ ਏਰੀਏ ਤੱਕ ਖਰਚਾ ਆਊਗਾ 3500 ਰੁਪਏ ਪ੍ਰਤੀ ਕਿੱਲਾ। 8 ਕਨਾਲ ਦੇ ਕਿੱਲੇ ਵਿੱਚ 1000 ਲੀਟਰ ਖਾਦ ਪੈਂਦੀ ਹੈ। ਖਾਦ ਪਾਣੀ ਨਾਲ ਬਹੁਤ ਵਧੀਆ ਤਰੀਕੇ ਨਾਲ ਘੁਲਦੀ ਹੈ, ਬਹੁਤ ਚੰਗੀ ਤਰ੍ਹਾਂ ਮਿਕਸ ਹੁੰਦੀ ਹੈ। ਪਾਣੀ ਨਾਲ ਘੁਲ ਕੇ ਪੂਰੇ ਖੇਤ ਵਿੱਚ ਖਾਦ ਪਿਸ ਜਾਂਦੀ ਹੈ। ਇਸ ਨੂੰ ਖੜ੍ਹੇ ਝੋਨੇ ਵਿੱਚ, ਖੜ੍ਹੇ ਨਰਮੇ ਵਿੱਚ ਜਾਂ ਕਿਸੇ ਵੀ ਹੋਰ ਫਸਲ ਵਿੱਚ ਜਾਂ ਸਬਜ਼ੀ ਵਿੱਚ ਇਸ ਤਰੀਕੇ ਨਾਲ ਖਾਦ ਪਾਈ ਜਾ ਸਕਦੀ ਹੈ। ਲਿਕੁਇਡ ਖਾਦ ਖੇਤ ਵਿੱਚ ਪਾਉਣ ਨਾਲ ਜ਼ਮੀਨ ਉਪਜਾਊ ਹੁੰਦੀ ਹੈ, ਜ਼ਮੀਨ ਵਿੱਚ ਕਾਰਬਨ ਵੱਧਦਾ ਹੈ ਜਿਸ ਕਾਰਨ ਫਸਲ ਨੂੰ ਵਧੀਆ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਫਸਲ ਵਧੀਆ ਹੁੰਦੀ ਹੈ, ਫਸਲ ਦਾ ਝਾੜ ਵੱਧਦਾ ਹੈ। ਲਿਕੁਇਡ ਖਾਦ ਪਾਉਣ ਨਾਲ ਜ਼ਮੀਨ ਵਿੱਚੋਂ ਫੰਗਸ, ਸਿਉਂਕ ਇਹੋ ਜਿਹੀਆਂ ਦਿੱਕਤਾਂ ਵੀ ਖਤਮ ਹੁੰਦੀਆਂ ਹਨ। ਜਿਵੇਂ ਆਮ ਰੂੜੀ ਵਿੱਚ ਫੰਗਸ ਹੁੰਦੀ ਹੈ, ਸਿਉਂਕ ਹੁੰਦੀ ਹੈ ਜਾਂ ਫਸਲ ਨੂੰ ਮੱਚਣ ਦਾ ਡਰ ਰਹਿੰਦਾ ਹੈ ਪੋਲਟਰੀ ਦਾ ਵੇਠਾ ਪਾ ਕੇ, ਉਹੋ ਜਿਹੀ ਦਿੱਕਤ, ਕੋਈ ਵੀ ਐਸੀ ਦਿੱਕਤ ਇਸ ਲਿਕੁਇਡ ਖਾਦ ਵਿੱਚ ਨਹੀਂ ਆਉਂਦੀ। ਜਿਵੇਂ ਕਿ ਤੁਸੀਂ ਦੇਖਿਆ ਵੀ ਲਿਕੁਇਡ ਖਾਦ ਪਾਣੀ ਨਾਲ ਮਿਕਸ ਹੋ ਕੇ ਚੱਲਦੀ ਹੈ, ਤਾਂ ਇਸ ਕਰਕੇ ਇਸ 'ਤੇ ਕੋਈ ਵੀ ਲੇਬਰ ਦਾ ਫਾਲਤੂ ਖਰਚਾ ਨਹੀਂ ਆਉਂਦਾ ਅਤੇ ਖੜ੍ਹੀ ਫਸਲ ਵਿੱਚ ਵੀ ਖਾਦ ਪੈ ਜਾਂਦੀ ਹੈ। ਜਿੱਥੇ ਕਿਸੇ ਕਿਸਾਨ ਨੇ ਰੂੜੀ ਨਹੀਂ ਪਾਈ, ਉੱਥੇ ਇਹ ਖਾਦ ਵਰਤ ਕੇ ਆਪਦੀ ਜ਼ਮੀਨ ਨੂੰ ਉਪਜਾਊ ਕਰੇ। ਖਾਦ ਨੂੰ ਪਾਉਣ ਤੋਂ ਬਾਅਦ ਬਾਕੀ ਰਸਾਇਣਿਕ ਖਾਦਾਂ ਜਿਵੇਂ ਯੂਰੀਆ, DAP ਅਤੇ ਬਾਕੀ ਤੱਤ, ਉਹਨਾਂ ਦਾ ਤੀਜਾ ਹਿੱਸਾ ਘਟਾਇਆ ਜਾ ਸਕਦਾ ਹੈ। ਜੇਕਰ ਤੁਸੀਂ 3 ਗੱਟੇ ਯੂਰੀਆ 'ਤੇ ਪਾਉਂਦੇ ਹੋ ਤਾਂ 1 ਗੱਟਾ ਘਟਾ ਕੇ 2 ਗੱਟੇ ਕਰ ਦਿਓ। ਖਾਦ ਨੂੰ ਦੁਆਰਾ ਰਿਪੀਟ ਕਰੋਗੇ ਤਾਂ ਬਿਲਕੁਲ ਬੰਦ ਹੋ ਜਾਣਗੀਆਂ ਬਾਕੀ ਰਿਹਾਂ ਸਪਰੇਹਾਂ। ਕੰਪਨੀ ਦਾ ਨੰਬਰ ਸਕਰੀਨ 'ਤੇ ਆ ਰਿਹਾ ਹੈ 9877979987171792। ਇਸ ਫੋਨ 'ਤੇ ਤੁਸੀਂ ਆਰਡਰ ਦੇ ਸਕਦੇ ਹੋ ਅਤੇ ਟੈਂਕਰ ਖੇਤ ਤੱਕ ਮੰਗਾ ਸਕਦੇ ਹੋ। ਜਦੋਂ ਵੀ ਤੁਹਾਡੀ ਪਾਣੀ ਦੀ ਵਾਰੀ ਹੈ ਉਸ ਸਮੇਂ ਦੀ ਬੁਕਿੰਗ ਕਰਾਓ। ਬੁਕਿੰਗ ਘੱਟੋ ਘੱਟ 10 ਦਿਨ ਪਹਿਲਾਂ ਕਰਾਓ ਤਾਂ ਕਿ ਅਸੀਂ ਸਹੀ ਸਮੇਂ 'ਤੇ ਟੈਂਕਰ ਤੁਹਾਡੇ ਖੇਤ ਤੱਕ ਭੇਜ ਸਕੀਏ ਅਤੇ ਤੁਹਾਡੇ ਫਸਲ ਨੂੰ ਖਾਦ ਪੈ ਸਕੇ। ਰੇਟ ਇੱਕ ਵਾਰ ਦੁਬਾਰਾ ਸੁਣ ਲਓ ਜੀ। 1 ਕਿੱਲੇ ਵਿੱਚ 1000 ਲੀਟਰ ਖਾਦ ਪੈਂਦੀ ਹੈ 8 ਕਨਾਲ ਦੇ ਕਿੱਲੇ ਵਿੱਚ। ਫੈਕਟਰੀ ਤੋਂ 50 ਕਿਲੋਮੀਟਰ ਦੇ ਏਰੀਏ ਤੱਕ 3000 ਰੁਪਇਆ ਕਿੱਲੇ ਦਾ ਖਰਚਾ ਹੈ। ਘੱਟੋ ਘੱਟ ਆਰਡਰ 8 ਕਿੱਲੇ ਦਾ ਜਾਂ 10 ਕਿੱਲੇ ਦਾ, ਵੱਧ ਜਿੰਨਾ ਮਰਜ਼ੀ ਮੰਗਾਓ। 100 ਕਿਲੋਮੀਟਰ ਦੇ ਏਰੀਏ ਤੱਕ 3500 ਰੁਪਇਆ ਕਿੱਲੇ ਦਾ ਖਰਚਾ, ਘੱਟੋ ਘੱਟ 10 ਕਿੱਲੇ ਦਾ ਟੈਂਕਰ। ਦੂਰ ਦੇ ਇਲਾਕਿਆਂ ਤੱਕ ਪਹੁੰਚ ਕਰਨ ਲਈ ਵੱਡੇ ਟੈਂਕਰ ਉਪਲਬਧ ਹਨ ਜੋ ਕਿ ਟਰੱਕ ਵਾਲੇ ਟੈਂਕਰ ਹੁੰਦੇ ਹਨ, ਜਿਵੇਂ 20,000 ਲੀਟਰ ਦਾ, 30,000 ਲੀਟਰ ਦਾ। ਜਿਵੇਂ ਕਿਸੇ ਨੇ ਗੰਗਾਨਗਰ ਇਲਾਕੇ ਵਿੱਚ ਖਾਦ ਮੰਗਾਉਣੀ ਹੈ ਤਾਂ ਉਹ ਵੱਡਾ ਟੈਂਕਰ ਮੰਗਾ ਸਕਦਾ। ਵੱਡੇ ਟੈਂਕਰ ਤੋਂ ਪਾਈਪ ਲਗਾ ਕੇ ਇਸ ਤਰੀਕੇ ਨਾਲ ਪਾਣੀ ਨਾਲ ਮਿਕਸ ਕਰਕੇ ਖਾਦ ਪਾਈ ਜਾਂਦੀ ਹੈ। ਜੇਕਰ ਪਾਣੀ ਦੀ ਡਿੱਗੀ ਹੈ ਤਾਂ ਡਿੱਗੀ ਵਿੱਚ ਵੀ ਟੈਂਕਰ ਖਿਲਾ ਸਕਦੇ ਹੋ, ਉਸ ਦਾ ਅਸਰ ਇਸ ਤੋਂ ਵੀ ਵਧੀਆ ਹੋਵੇਗਾ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਸਭ ਕਿਸਾਨਾਂ ਤੱਕ ਪਹੁੰਚ ਸਕੇ।